ਲਾਈਵ ਟੀਵੀ ਦੀ ਪੇਸ਼ਕਸ਼। ਕੀ
Oh,
बहुत अच्छी तरह नफाज ले गए इन्होंने नाम से जोरदार ताड़ियां करो प्रवीर सर और इन्होंने बच्चे ने भी हाथ जोड़ के बेनती कर रहे हैं नंदी तुम मैंने क्या इधर की करना होटल आया था यार वो मेरा स्टाइल ताड़ा वा ला लिया Oh,
रानी वारिस कुल जहां गोसिपा कुल यादिया दे परिवार सुकुल जहान दे एक नजर च मीरा चोरन कुतुब कर दे कि जीदा मुर्दिया नु करना जान दी रफीक गैरा तो नहीं मंगदे तेरे मंगदे साहेब ना तेरे कदे सारा शहर मेरे नाले दाई एक सारा शहर मेरे नाले दाई ओ बोला दी वो बना दी ओ बोला दी वो बना दी ओ सुने अबे रब जी ओ सुने अबे रब दब जी ओ क्यों बरा क्यों डरा क्यों बरा क्यों डरा चले मेरी गल सुन जी कहते तेन खोलन जिन्हें अकल घट है तू पढ़िया लिखा घट कर पढ़े लिखे इंसान ध्यान मार के वेख तेन की होंगे पढ़ पढ़ पाटा ही आखना बीबी भेड़ा कही कही सदा राजी इदा जाके बुलाना मैं जावा हाँ जा चलो फिर मैं चला मेले आई साडे रहना जाने रहना तेरे रेंदी मेरी जुत्ती तेनु रखदा मेरा बूट मैं तां भी रेंदी अपना मुंह देखिया की होया बाबा च मोटे मारदा कबड्डी खेडदा मेरी गल सुन डोंट टच माय बॉडी क्योंकि होया करंट मार दी तू मेरे हाथ ना रख होर गड रख देना हाथ रखदा फिर इनू बड़ी घोल जी आउंदी मेनू सौ लगे काली तबले आले दी तेनू की होंदा मेनू पुछ कुछ ना की ਤੈਨੂੰ ਹੁੰਦਾ ਕੀ ਓਏ ਉਹ ਮੈਨੂੰ ਬੜਾ ਸਵਾਦ ਆਉਂਦਾ ਉਹ ਗੱਲ ਸੁਣ ਮੇਰੀ ਹਾਂਜੀ ਇਹਨਾਂ ਨੂੰ ਅਸਲੀ ਟਿਕਾਣੇ ਤੇ ਲਿਆ ਇਹਨਾਂ ਨੂੰ ਪੁੱਛ ਕਿੱਥੋਂ ਅਜੇ ਕੀ ਕਰਦੀਆਂ ਫਿਰਦੀਆਂ ਏ ਅੱਛਾ ਜੀ ਹਾਂ ਉਹ ਤੁਸੀਂ ਕਿੱਥੋਂ ਆਈਆਂ ਤੇ ਕੀ ਕਰਦੀਆਂ ਫਿਰਦੀਆਂ ਤੇ ਮੈਂ ਕਿਹਾ ਜੀ ਅਸੀਂ ਸੂਰਤੀਆਂ ਮੰਗ ਰਹੇ ਆ ਅੱਛਾ ਅਸੀਂ ਸੂਰਤੀਆਂ ਪਰੀਆਂ ਦੀ ਅਰਸ਼ਾ ਤੇ ਫਰਸ਼ਾ ਤੇ
ਆਈਆਂ ਤੇ ਰਾਸੇ ਜਾਉਂਦੇ ਡੰਡਤ ਨਹੀਂ ਪਏ ਗਰ ਫਟੇ ਮੁੱਠੇ ਅਸੀਂ ਪਰੀਆਂ ਆ ਅਸੀਂ ਪਰੀਆਂ ਅਸੀਂ ਪਤੰਗਾਂ ਨਹੀਂ ਜਿਹੜੀਆਂ ਪਾੜ ਜਾਂਗੀਆਂ ਅਸੀਂ ਤੁਸੀਂ ਪਰੀਆਂ ਤੇ ਮੈਨੂੰ ਨਹੀਂ ਪਛਾਣਿਆ ਤੁਸੀਂ ਨਹੀਂ ਮਵੀ ਹਜ਼ੂਰ ਦਾ ਖੱਟਾ ਪੂੰਡ ਤੇਰਾ ਖੱਟਾ ਪੂੰਡ ਉਹ ਮੇਰੀ ਗੱਲ ਸੁਣ ਬੋਲੋ ਤੁਸੀਂ ਇੱਥੇ ਕਰਦੀਆਂ ਕੀ ਫਿਰਦੀਆਂ ਅਸੀਂ ਜ਼ੂਰ ਦਾ ਸਿਰੇ ਲੈ ਕੇ ਆਈਆਂ ਆ ਲਾਹੌਰ ਦਾ ਚਮੇਲ ਨਾ ਸੂਈ ਨਾ ਧਾਗਾ ਨਾ ਫੁੱਲਾਂ ਵਾਲੀ ਟੋਕਰੀ ਤੁਹਾਡਾ ਸਿਰਾ ਕਿੱਥੇ ਹੈ ਮੈਂ ਕਿਹਾ ਤੁਸੀਂ ਸੱਚੇ ਹੋ ਨਾ ਸਾਡੇ ਕੋਲ ਕੋਲ ਨਾ ਰੇਲ ਨਾ ਚਮੇਲ ਫੁੱਲਾਂ ਵਾਲੀ ਟੋਕਰੀ ਸਿਰ ਸਾਡੀ ਮਿੱਠੀ ਮੁਬਾਰਕ ਜ਼ੁਬਾਨ ਤੇ ਲਿਖਿਆ ਜੋ ਇਸ ਮਹਿਫਲ ਚ ਗਾ ਕੇ ਪੇਸ਼ ਕਰ ਚਲਾ ਜੋ ਜੀ ਕਰੋ ਜੀ ਹਾਂਜੀ ਉਹ ਸਰਵੈਂਟ ਮਾਇਆ ਸਰਕਾਰ ਬਾਬਾ ਮੋਨੀ ਸ਼ਾਹ ਜੀ ਦਿਨਾਤੀ ਹਾਂਜੀ ਗੁਸਰੀ ਬੈਂਤ ਮਾਇਆ ਸਰਕਾਰ ਬਾਬਾ ਮੋਨੀ ਸ਼ਾਹ ਜੀ ਦਿਨਾਤੀ ਹਾਂਜੀ ਗੁਸਰੀ ਬੈਂਤ ਮਾਇਆ ਕ੍ਰਾਂਤੀ ਬਾਬਾ ਜੀ ਦਿਨਾਤੀ ਜਿਹਨੇ ਸਰਕਾਰ ਦਾ ਮਿਲਣਾਤੀ ਲੱਖਾਂ ਦਾ ਦਾ ਲੱਗੇ ਸਰਕਾਰ ਦਿਨਾਤੀ ਮੇਰੇ ਨਾਮ ਇਸ ਮੋਹਨ ਦਾ ਦਿਨਾਤੀ ਚੰਦਰਵਲੀ ਦਿਨਾਤੀ ਥੈਂਕ ਯੂ ਜੀ ਹਰੇ ਹਰੇ ਜਿਵੇਂ ਮੇਰੇ ਵੀ ਪਿੱਛੇ ਖੜੇ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਯਾਰ ਬੇਨਤੀ ਕਰਦੇ ਆ ਕਿ ਫੇਰਾ ਖੁਦ ਕਿਵੇਂ ਆਇਆ ਬਾਬੇ ਦੀ 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 ਸਭ ਨਫਜ਼ ਮੋਤੀ ਹੈ ਜੰਦਰ ਤੇ ਖੁਦ ਕਿਵੇਂ ਆਇਆ ਬਾਬੇ ਦੀ ਸਭ ਨਫਜ਼ ਮੋਤੀ ਜਨ ਜਨ ਕੇ ਫੇਰਾ ਖੁਦ ਕਿਵੇਂ ਆਇਆ ਬਾਬੇ ਦੀ ਸਿਰਾ ਨਾਰੇ ਨੱਚੀਏ ਕੁੜੇ ਅੱਖੀਆਂ ਦੇ ਇਸ਼ਾਰੇ ਕਰ
क्योंकि मैं नहीं ना मेरे मुर्शिद उच्चे मैं नहीं ना मेरे सतगुरु उच्चे ते मैं उच्चियां दे संग लाई सदके जावा इन्हां उच्चियां दे मैं जिन्हां नीवियां भाई ते जिन्हां नीवियां नाल भाई लो जी गांठियां दे बाद मुबारक दी लै के हाजरी हाजर डांस दी एक्ट क्या बात है जी Thank you.
सरकार बाबा भोलेश्वर कुली वाले उन्होंने नाम पे सरकार बाबा भाजी साहब सरकार के नाम पे सरकार की बहुत सारी जनता है सारी पार्टी का बहुत सारा नाम है बड़े तेज रिश्ते Come on.
ਲਾ ਜੀ ਯੋ ਨਾ ਤਾਰੀ ਰਾਜਨੀ ਸਿੱਧ ਬੈਠੀ ਦਾਦਾ ਜੀ ਨਾ ਤੇ ਲਾ ਜੀ ਸੰਗ ਮਿਸ ਮੋਨਿਕਾ ਜੀ ਬਹੁਤ ਚਿਰਾਂ ਜ਼ਬਾਨ ਦਾਦਾ ਜੀ ਦੇ ਕਦਮਾਂ ਦੇ ਵਿੱਚ ਹਾਜ਼ਰੀ ਕਰਕੇ ਗਏ ਨੇ ਲਾ ਜੀ ਅਗਲੀ ਹਾਜ਼ਰੀ ਲੈ ਕੇ ਆ ਰਹੇ ਨੇ ਮੇਰੀ ਮਿਸ ਪ੍ਰੀਤ ਜੀ ਦਾਦਾ ਜੀ ਦੇ ਕਦਮਾਂ ਦੇ ਵਿੱਚ ਮਿਸ ਪ੍ਰੀਤ ਜੀ ਬਹੁਤ ਚਿਰਾਂ Oh.
बंदा बन के मैं यार मनाया की लेना दुनियादारी दे कोलो की लेना दुनिया नू खुश करके मैं ता अपने साईं दी खातर ए पहरावा पहने हैं जे साईं मर जावे ता सारा कुछ ही बंदा पाली तेरे वर्गे दुनिया दे विच फिर दे लोक हजारा बन बन डारा डूंगे सजना पाया ए सलवारा दे एक जाग दिया भी तक दे नहीं एक जाग दिया भी तक दे नहीं कि खबर होनी है सुत्यान लाज बड़े ने डूंगे सजना पाया
Thank you.
ਜੋਤ ਸ਼ਾਜੀ ਕੇ ਜੋ ਚੀਜ ਜੋਤ ਸ਼ਾਜੀ ਕੇ ਦਰਬਾਰ ਸੇ ਮਿਲਦੀ ਜੋ ਚੀਜ ਜੋਤ ਸ਼ਾਜੀ ਕੇ ਦਰਬਾਰ ਸੇ ਮਿਲਦੀ ਹਰੀ ਤਾਰ
ਚੜੇ ਹਜ਼ੂਰ ਹਜ਼ੂਰ ਦੇ ਲੋਕ ਦਾ ਜ਼ਮਾਨਾ ਹਜ਼ੂਰ ਦੇ ਲੋਕ ਦੇ ਜ਼ਮਾਨੇ ਚ ਜਿਹੜਾ ਬਾਦਸ਼ਾਹ ਹੋਇਆ ਉਹ ਫਕੀਰੀ ਦੇ ਖਿਲਾਫ ਉਦੋਂ ਅਲੀ ਦਾ ਨਾਂ ਪਸੰਦ ਨਹੀਂ ਨਾ ਅਲੀ ਦਾ ਨਾਂ ਪਸੰਦ ਨਾ ਅਲੀ ਦਾ ਨਾਂ ਲੈਣ ਵਾਲਾ ਪਸੰਦ ਹਜ਼ਰਤ ਬਹਿਲੋਲ ਦਾ ਕੀ ਕੰਮ ਹਰ ਵਕਤ ਹਰ ਵਕਤ ਇੱਕੋ ਹੀ ਬੋਲ ਕਰਦੇ ਰਹਿਣਾ ਕਿਆ ਅਲੀ ਹੱਕੇ ਅਲੀ ਸੱਚੇ ਅਲੀ ਹੱਕੇ ਅਲੀ ਸੱਚੇ ਦੋ ਚਾਰ ਬੰਦੇ ਇਕੱਠੇ ਹੋ ਕੇ ਬਹਿਲੋਲ ਨੂੰ ਕਹਿਣ ਲੱਗੇ ਉਹ ਕਹਿੰਦੇ ਬਹਿਲੋਲ ਉਹ ਤੂੰ ਹਰ ਵੇਲੇ ਕਰਦਾ ਰਹਿੰਦਾ ਅਲੀ ਹੱਕੇ ਅਲੀ ਸੱਚੇ ਅਲੀ ਹੱਕੇ ਅਲੀ ਸੱਚੇ ਵਕਤ ਦਾ ਹਾਕਮ ਯਾਨੀ ਵਕਤ ਦਾ ਬਾਦਸ਼ਾਹ ਉਹਨੂੰ ਇਹ ਨਾਂ ਪਸੰਦ ਨਹੀਂ ਉਹ ਕਹਿੰਦਾ ਯਾਰ ਜਿਹਨੂੰ ਮੇਰੇ ਮੁਰਸ਼ਦ ਦਾ ਨਾਂ ਪਸੰਦ ਨਹੀਂ ਉਹ ਮੈਨੂੰ ਬੰਦਾ ਹੀ ਪਸੰਦ ਨਹੀਂ ਉਹ ਮੈਨੂੰ ਬੰਦਾ ਹੀ ਪਸੰਦ ਨਹੀਂ ਜਿਹਨੂੰ ਮੇਰੇ ਅਲੀ ਦਾ ਨਾਂ ਪਸੰਦ ਨਹੀਂ ਬਾਬਾ ਮੋਨੀ ਸ਼ਾਹ ਦਾ ਨਾਂ ਪਸੰਦ ਨਹੀਂ ਉਹ ਮੈਨੂੰ ਇਨਸਾਨ ਹੀ ਪਸੰਦ ਦੋ ਚਾਰ ਬੰਦੇ ਇਕੱਠੇ ਹੋ ਕੇ ਹੋਰ ਕਹਿਣ ਲੱਗੇ ਕਹਿੰਦੇ ਬਹਿਲੋਲ ਯਾਰ ਜੇ ਤੈਨੂੰ ਕੋਈ ਅਲੀ ਅਲੀ ਨਾ ਕਰਨ ਦਿੰਦਾ ਤੂੰ ਇਸ ਤਰ੍ਹਾਂ ਕਰ ਯਾਰ ਮਾਰੀ ਜਾ ਕਹਿੰਦੇ ਇਸ ਤਰ੍ਹਾਂ ਕਰ ਯਾਰ ਮਾਰੀ ਜਾ ਕਹਿੰਦੇ ਫੇਰ ਕਿਹੜੀ ਗੱਲ ਆ ਯਾਰ ਮੁਰਸ਼ਦ ਦੇ ਨਾਂ ਨੂੰ ਕਹਿੰਦੇ ਆ ਮਰ ਜਾਂਦੇ ਆ ਬਹਿਲੋਲ ਨੇ ਮੂੰਹ ਪਰ ਕੱਪੜਾ ਕੀਤਾ ਰੂਹ ਪਰ ਵਾਸ ਕਰ ਗਿਆ ਰੂਹ ਪਰ ਕੱਪੜਾ ਕੀਤਾ ਰੂਹ ਪਰ ਵਾਸ ਕਰਕੇ ਲੋਕਾਂ ਨੇ ਨਹਿਲਾ ਧੁਲਾ ਕੇ ਅਲੀ ਦਾ ਜਨਾਜ਼ਾ ਕਫਨ ਪਹਿਨਾ ਕੇ ਬਾਜ਼ਾਰ ਵਿੱਚ ਰੱਖਿਆ ਤੇ ਹਜ਼ਰਤ ਬਹਿਲੋਲ ਦਾ ਜਨਾਜ਼ਾ ਬਾਜ਼ਾਰ ਵਿੱਚ ਰੱਖਿਆ ਤੇ ਦੋ ਚਾਰ ਬੰਦੇ ਇਕੱਠੇ ਹੋ ਕੇ ਬਾਦਸ਼ਾਹ ਦੇ ਕੋਲ ਗਏ ਕਹਿੰਦੇ ਬਾਦਸ਼ਾਹ ਯਾਰ ਜਿੰਨਾ ਮਰਜ਼ੀ ਸੀ ਭਾਵੇਂ ਪਾਗਲ ਸੀ ਮਰ ਗਿਆ ਉਹ ਦੁਨੀਆਦਾਰੀ ਬੜੀ ਡਾਢੀ ਹੈ ਰੱਖਣੀ ਪੈਂਦੀ ਯਾਰ ਆ ਕੇ ਉਹਦਾ ਜਨਾਜ਼ਾ ਤਾਂ ਪੜ ਜਾ ਹੁਣ ਬਾਦਸ਼ਾਹ ਦੇ ਜਨਾਜ਼ੇ ਤੇ ਆ ਕੇ ਕੀ ਕਹਿੰਦਾ ਕਹਿੰਦਾ ਮਰ ਗਿਆ ਯਾਰ ਅਫਸੋਸ ਬੜਾ ਲੱਗਿਆ ਪਰ ਇੱਕ ਗੱਲ ਦੀ ਖੁਸ਼ੀ ਬੜੀ ਹੋਈ ਉਹ ਕਹਿੰਦੇ ਕਿਹੜੀ ਖੁਸ਼ੀ ਕਿਸ ਗੱਲ ਦੀ ਹੋਈ ਕਹਿੰਦੇ ਹੁਣ ਮੇਰੇ ਸ਼ਹਿਰ ਚ ਕੋਈ ਅਲੀ ਅਲੀ ਕਰਨ ਵਾਲਾ ਤਾਂ ਨਹੀਂ ਰਹਿ ਗਿਆ ਬਹਿਲੋਲ ਮਰ ਗਿਆ ਮੇਰੇ ਸ਼ਹਿਰ ਚ ਕੋਈ ਅਲੀ ਅਲੀ ਕਰਨ ਵਾਲਾ ਤਾਂ ਨਹੀਂ ਰਹਿ ਗਿਆ ਥੱਲੇ ਇੱਕ ਲਫ਼ਜ਼ ਔਰਤ ਸ਼ੀਦ ਦੀ ਜਵਾਨ ਦੇ ਵਿੱਚ ਸੀ ਤੇ ਬਹਿਲੋਲ ਨੇ ਕਬਰ ਵਿੱਚੋਂ ਹੱਥ ਚੱਕ ਕੇ ਅਲੀ ਦਾ ਨਾਰਾ ਮਾਰਿਆ ਉਹ ਕਹਿੰਦਾ ਬਾਦਸ਼ਾਹ ਉਹ ਤੇਰੇ ਸ਼ਹਿਰ ਚ ਜੇ ਅਲੀ ਅਲੀ ਕਰਨ ਵਾਲਾ ਨਾ ਕੋਈ ਰਹਿ ਗਿਆ ਤੇ ਮਰਨ ਦਾ ਪ੍ਰਭਾਵ ਸਾਡਾ ਵੀ ਬਦਲ ਗਿਆ ਉਹ ਕਹਿੰਦਾ ਭਲਿਆ ਉਹ ਕੱਲ੍ਹ ਮਰਿਆ ਸੀ ਅੱਜ ਜੀਦਾ ਵੀ ਹੋ ਗਿਆ ਕਹਿੰਦਾ ਮੈਂ ਵੀ ਤੈਨੂੰ ਇਹੀ ਦੱਸਣਾ ਚਾਹੁੰਦਾ ਜਿਹੜਾ ਇਹਨਾਂ ਸੱਚਿਆਂ ਦਾ ਹੋ ਜਾਂਦਾ ਨਾ ਜਨਮ ਮਰਨ ਉਹਦੇ ਆਪਣੇ ਵਿੱਚ ਹੋ ਜਾਂਦਾ ਉਹਨੇ ਪੈਰ ਫੜ ਲਏ ਉਹ ਕਹਿੰਦਾ ਯਾਰ ਮੈਨੂੰ ਵੀ ਦੱਸ ਦੇ ਕਹਿੰਦਾ ਫਿਰ ਇੱਕ ਕੰਮ ਕਰਿਆ ਕਰ ਕਹਿੰਦਾ ਕੀ ਕਹਿੰਦਾ ਅਲੀ ਦਾ ਨਾਂ ਲਿਆ ਕਰ ਅਲੀ ਦਾ ਨਾਂ ਪੁਕਾਰਿਆ ਕਰ ਜਿਹੜਾ ਅਲੀ ਦਾ ਨਾਂ ਲੈਂਦਾ ਨਾ ਉਹਨੂੰ ਜੰਨਤ ਕੀ ਉਹਨੂੰ ਸਭ ਕੁਛ ਮਿਲੂਗਾ ਕਹਿੰਦਾ ਮਗਰ ਅਲੀ ਦਾ ਨਾਮ ਲਿਆ ਕਰ ਜਗਾਰਾ ਬਾਬਾ ਸੋਹੰਦੇ ਸ਼ਾਹ ਸਰਕਾਰ ਦਾ ਬਹੁਤ ਸੱਚੇ ਦਰਬਾਰ ਕੀ ਮੁਸ਼ਕਿਲਾਂ ਵਿੱਚ ਦੇਖਦਾ ਮੇਰੇ ਦਿਮਾਗ ਕੇ ਮੁਸ਼ਕਿਲਾਂ ਵਿੱਚ ਦੇਖਦਾ ਮੇਰੇ ਦਿਮਾਗ ਕੇ ਕੋਈ ਅਜਿਹਾ ਪੀਰ ਨਹੀਂ ਹੋਣਾ ਕੋਈ ਅਜਿਹਾ ਪੀਰ ਨਹੀਂ ਹੋਣਾ
I'm gonna get you.